ਸੋ ਤੁਸੀਂ ਗੱਲ ਦੀ ਸਾਰਿਆਂ ਨੂੰ ਚੈਨਲ ਪੰਜਾਬ ਵੈਦਰ ਤੇ ਸਵਾਗਤ ਹੈ ਤੁਹਾਡਾ ਸਭ ਦਾ ਸੋ ਅੱਜ 21 ਮਈ ਰਾਤ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਦੇਰ ਸ਼ਾਮ ਤੋਂ ਲੈ ਕੇ ਕੱਲ ਸਵੇਰ ਤੱਕ ਪੂਰੀ ਰਾਤ ਮੌਸਮ ਪੰਜਾਬ ਦੀ ਕੀ ਹਲਚਲ ਦੇਖਣ ਨੂੰ ਮਿਲ ਸਕਦੀ ਹੈ ਸੋ ਪਹਿਲਾਂ ਤਾਜ਼ਾ ਸੈਟੇਲਾਈਟ ਤਸਵੀਰ ਦੇਖ ਰਹੇ ਹਾਂ ਕਿ ਮੌਸਮ ਪੰਜਾਬ ਦਾ ਫਿਲਹਾਲ ਠੀਕ ਠਾਕ ਸਾਫ਼ ਬਣਿਆ ਹੋਇਆ ਪਰ ਪੱਛਮੀ ਪਾਸੇ ਜਿਹੜੀ ਬੱਦਲਵਾਈਆ ਸਿਸਟਮ ਨੇ ਉਹ ਪਹੁੰਚਣੇ ਅੱਗੇ ਨੂੰ ਸ਼ੁਰੂ ਹੋ ਗਏ ਨੇ ਕਿਉਂਕਿ ਆਉਣ ਵਾਲੇ 2-4 ਦਿਨਾਂ ਦੇ ਵਿੱਚ ਪੰਜਾਬ ਦਾ ਮੌਸਮ ਬਦਲਦਾ ਹੋਇਆ ਦੇਖਣ ਨੂੰ ਮਿਲੂਗਾ ਹਾਲਾਂਕਿ ਥੋੜਾ ਬਹੁਤ ਪ੍ਰਭਾਵ ਆਉਂਦੇ 1-2 ਦਿਨਾਂ ਵਿੱਚ ਹੀ ਥੋੜਾ ਬਹੁਤ ਦੇਖਣ ਨੂੰ ਮਿਲੂਗਾ ਪਰ ਲਗਭਗ 23-24 ਤੋਂ ਲੈ ਕੇ 26-27 ਮਈ ਤੱਕ ਪੰਜਾਬ ਦੇ ਕਈ ਹਿੱਸਿਆਂ ਵਿੱਚ ਥੋੜੀ ਜਿਹੀ ਵੱਡੀ ਮੌਸਮੀ ਹਲਚਲ ਦੇਖਣ ਨੂੰ ਮਿਲ ਸਕਦੀ ਹੈ ਸੋ ਫਿਲਹਾਲ ਹੁਣ ਕਰਦੇ ਹਾਂ ਅੱਜ ਰਾਤ ਦੇ ਮੌਸਮ ਦੀ ਅਪਡੇਟ ਰਾਤ ਦੇ ਵੇਲੇ ਜਿਹੜਾ ਮੌਸਮ ਆ ਫਿਲਹਾਲ ਠੀਕ ਠਾਕ ਬਣਿਆ ਰਹੂਗਾ ਕੁਝ ਜਿਹੜੇ ਪੱਛਮੀ ਸਰਹੱਦੀ ਜ਼ਿਲ੍ਹੇ ਨੇ ਪੰਜਾਬ ਦੇ ਸੀਮਾ ਦੇ ਨਾਲ ਲੱਗਦੇ ਜ਼ਿਲ੍ਹਿਆਂ ਦੇ ਵਿੱਚ ਥੋੜੀ ਬਹੁਤ ਟੁੱਟਵੀ 10 11 12 ਵਜੇ ਯਾਨੀ ਕਿ ਅੱਧੀ ਰਾਤ ਦੇ ਆਸ-ਪਾਸ ਤੋਂ ਲੈ ਕੇ ਤੜਕੇ ਸਮੇਂ ਤੱਕ ਕੁਝ ਟੁੱਟਵੀਂ ਬੱਦਲਵਾਈ ਪੰਜਾਬ ਦਾ ਪੱਛਮੀ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲੂਗੀ ਜਿਹਦੇ ਵਿੱਚ ਮਾਝੇ ਦੇ ਇਲਾਕੇ ਆਪਣਾ ਦੱਖਣ ਪੱਛਮੀ ਮਾਲਵੇ ਦਾ ਖੇਤਰ ਹੋ ਗਿਆ ਤੇ ਕੁਝ ਮੱਧ ਪੰਜਾਬ ਤੋਂ ਲੈ ਕੇ ਦੋਆਬੇ ਦੇ ਇਲਾਕੇ ਸੋ ਇਹਨਾਂ ਭਾਗਾਂ ਵਿੱਚ ਟੁੱਟਵੀਂ ਬੱਦਲਬਾਈ ਦੇਖਣ ਨੂੰ ਮਿਲ ਸਕਦੀ ਹੈ ਹਾਲਾਂਕਿ ਕੋਈ ਮੀਂਹ ਵਰਗੇ ਹਾਲਾਤ ਦੇ ਜ਼ਿਆਦਾ ਸਾਰ ਨਹੀਂ ਹੋਣਗੇ ਕੁਝ ਇੱਕ ਦੋ ਇਲਾਕਿਆਂ ਵਿੱਚ ਹੋ ਸਕਦਾ ਹੈ ਕਿ ਹਲਕੇ ਫੁਲਕੇ ਛਿੱਟੇ ਮੀਂਹ ਦੇ ਪੈ ਸਕਦੇ ਨੇ ਤੇ ਪਰ ਕੁਝ ਤੇਜ਼ ਹਵਾਵਾਂ ਤੇ ਬੁੱਲੇ ਜ਼ਰੂਰ ਦੇਖਣ ਨੂੰ ਮਿਲ ਸਕਦੇ ਨੇ ਇਸ ਬੱਦਲਬਾਈ ਕਰਕੇ ਹਾਲਾਂਕਿ ਕੋਈ ਬਹੁਤ ਜ਼ਿਆਦਾ ਤਕੜੀ ਮੀਂਹ ਹਨੇਰੀ ਵਰਗੇ ਸਾਰ ਨਹੀਂ ਹੋਣਗੇ ਕੁਝ ਮੱਧਮ ਦਰਜੇ ਦੀਆਂ ਜਿਹੜੀਆਂ ਹਵਾਵਾਂ ਦੇ ਬੁੱਲੇ ਦੇਖਣ ਨੂੰ ਮਿਲ ਸਕਦੇ ਨੇ ਜਿਨ੍ਹਾਂ ਦੀ ਗਤੀ 25 ਤੋਂ ਲੈ ਕੇ 30-35 ਕਿਲੋਮੀਟਰ ਤੱਕ ਹੋ ਸਕਦੀ ਹੈ ਉਹ ਵੀ ਟਟਮੇ ਰੂਪ ਵਿੱਚ ਕੁਝ ਇਲਾਕਿਆਂ ਵਿੱਚ ਜਿਹੇ ਹਸਾਰ ਹੋਣਗੇ ਬਾਕੀ ਜਿਹੜ ਕੀ ਮੌਸਮ ਪੰਜਾਬ ਦਾ ਜ਼ਿਆਦਾ ਠੀਕ ਠਾਕ ਹੀ ਬਣਿਆ ਰਹੂਗਾ ਜੋ ਨਾਰਮਲ ਹਵਾਵਾਂ ਹੋਣਗੀਆਂ ਦੱਖਣ ਪੱਛਮ ਦਿਸ਼ਾ ਤੋਂ ਹੀ ਵਗਣਗੀਆਂ ਰਾਤ ਦਾ ਘੱਟੋ ਘੱਟ ਟੈਂਪਰੇਚਰ 28 ਤੋਂ ਲੈ ਕੇ 29 30 ਡਿਗਰੀ ਦੇ ਆਸ-ਪਾਸ ਜਿਹੜਾ ਵੱਖ-ਵੱਖ ਹਿੱਸਿਆਂ ਦੇ ਵਿੱਚ ਦੇਖਣ ਨੂੰ ਮਿਲੇਗਾ ਬਾਕੀ ਜੋ ਕੱਲ ਸਵੇਰ ਦੀ ਅਪਡੇਟ ਆ ਕੱਲ ਦੀ ਵੀਡੀਓ ਵਿੱਚ ਲੈ ਕੇ حاضر ਹੋਣੇ ਹਾਂ ਉਸ ਤੋਂ ਉੱਪਰ ਲਈ ਇਜਾਜ਼ਤ ਦਿਓ ਧੰਨਵਾਦ ਜੀ